ਇੱਥੇ ਤੁਸੀਂ ਆਏ ਹੋ ਤੁਸੀਂ ਇਹਨਾਂ ਦੀ ਵੀਡੀਓ ਕਿੱਥੇ ਦੇਖੀਏ ਜੀ ਇਹ YouTube ਤੇ ਦੇਖੀਏ YouTube ਤੇ ਦੇਖੀਏ ਇੱਥੇ ਆਏ ਹੋ ਤੁਹਾਨੂੰ YouTube ਤੇ ਤੁਸੀਂ ਜਦੋਂ ਦੇਖੀਏ ਔਰ ਇੱਥੇ ਆਏ ਹੋ ਕੋਈ ਫਰਕ ਮਹਿਸੂਸ ਹੋਇਆ ਇੱਥੇ ਆ ਕੇ ਤੁਸੀਂ ਇਹਨਾਂ ਨੂੰ ਕਿਸਾ ਦਾ ਪਾਇਆ ਬਹੁਤ ਅچھے ਬੰਦੇ ਨੇ ਭਾਈ ਜੀ ਹੂੰ ਹੂੰ ਬਹੁਤ ਹਿਦਮਤ ਕੀਤੀ ਇਹਨਾਂ ਨੇ ਸਾਡੀ ਰਾਤ ਦੇ ਜੇ ਰਾਤ ਵੀ ਇਹਨਾਂ ਕੋਲ ਹੀ ਸਾ ਠੀਕ ਹੈ ਕਿਸੇ ਕਿਸਮ ਦਾ ਕੋਈ ਤਾਂ ਕਰ ਰਹੀ ਮਾਲ ਦਿਲ ਨੂੰ ਲੱਗਣ ਵਾਲਾ ਮਿਲਿਆ ਜੀ ਬਹੁਤ ਅੱਛਾ ਮਾਲ ਹੈ ਵੀਡੀਓ ਤਾਂ ਛੋਟਾ ਲੱਗਦਾ ਉਹਨਾਂ ਵੱਡੇ ਇੱਥੇ ਆ ਕੇ ਇੱਥੇ ਆ ਕੇ ਵੱਡਾ ਮਾਲ ਕੀ ਬਾਤ ਹੈ ਅੱਛਾ ਇਹ ਦੱਸੋ ਕਿ ਜਿਹੜੇ ਦੋਸਤ ਦੇਖ ਰਹੇ ਨੇ ਕੀ ਮੈਸੇਜ ਦਿ ਆਓ ਸਰ ਬਹੁਤ ਅੱਛੇ ਬੰਦੇ ਨੇ ਠੀਕ ਹੈ ਹੂੰ ਹੂੰ ਤੇ ਆ ਕੇ ਖਰੀਦੋ ਮਾਲ ਸਹੀ ਹੋ ਗਿਆ ਮਾਲ ਗੁੱਡ ਹੋ ਗਿਆ ਕਿਉਂਕਿ ਆਪਾਂ ਨੂੰ ਸਹੀ ਹੈ ਭਾਈ ਜਿਹੜਾ ਨਾ ਜਿਹੜੀ ਗੱਲ ਕਰ ਦੇਣੀ ਨਹੀਂ ਕਿਸੇ ਭਾਈ ਨੂੰ ਕਰਕੇ ਸਦਵਾਣਾ ਹੈ ਹਾਂਜੀ ਉਹ ਗੱਲ ਇਨਸ਼ਾਅੱਲਾ ਇੱਥੇ ਪੂਰੀ ਜਿਹੜਾ ਹੋਵੇਗੀ ਜ਼ਬਰਦਸਤ ਦੇਖੋ ਨਾ ਸ਼ੇਰ ਦਾਸ ਕੇ ਇੱਥੇ ਆਵੇ ਤੇ ਆ ਸੇ ਰੋਵੇ ਉਹਦਾ ਫਾਇਦਾ ਨਹੀਂ ਅਗਲਾ ਬੰਦਾ ਸਫਰ ਕਰਕੇ ਆਉਂਦਾ ਹੈ ਟਾਈਮ ਜ਼ਾਇਆ ਕਰਕੇ ਆਉਂਦਾ ਹੈ ਇਸ ਗੱਲ ਨੂੰ ਮਾਲ ਲਿਆਵੀ ਦਾ ਕੁਆਲਿਟੀ ਵਾਲਾ ਬੜਨ ਵਾਲਾ ਤੇ ਕਿਉਂਕਿ ਜਿਹੜਾ ਨਾ ਅਗਲੇ ਬੰਦੇ ਦਾ ਫਾਇਦਾ ਜਿਹੜਾ ਉਹ ਪਹਿਲੇ ਵੇਖੀਦਾ ਹੈ ਪ੍ਰਿੰਟ ਚੈੱਕ ਕਰ ਲਓ ਜੀ ਦੂਸਰਾ ਵੀ ਲੈ ਆ ਅੱਗੇ ਬਈ ਜੋੜੀ ਇਕੱਠੀ ਚੈੱਕ ਕਰਾਣਾ ਹੈ ਦੋਸਤਾਂ ਨੂੰ एक ही शेड जी हाइट शेड भी ना आप चेक कर लेकूर अक्टूबर दो हजार चौबीस दिन है दोस्तों आज अतवार का और आपको पता है जी आतवार वाले दिन राय वसीम खर भाई के पास हम होते हैं और शौक करवाते हैं जी बछड़ों का दोस्तों कुर्बानी दो हजार पच्चीस के लिए यहाँ पे बछड़े है जी काद हाइट वाले और क्वालिटी वाले बच्चे आपको दिखाएंगे शौक रहेंगे चीज़ें होती है जी इनके पास माशाल्लाह जी शौक वाली चीज़ें इसके अलावा दोस्तों ये यहाँ पे भी जोड़ी है जी और ये इस तरफ भी चेक कर ले यहाँ पे भी मैं आपको बछड़े दिखा देता हूँ जरा करीब होकर ये दे, देख लें जी आप ये छह बछड़े हैं जी ये अलग से बंदे हुए जी और दोस्तों ये अलग से क्यूँ बंदे वसीम ही बताएंगे जी असलाकुम असला वसीम भाई की हाल चाल है ठीक ठाक हो जी शुक्र अहमदुल्ला तो वसीम भाई अज माशाला किन बच्चा की लाट है जी आज अपने डेरे ऐसी पच्चीस जानवर अवेलेबल ने ठीक है ਇਹਨਾਂ ਚੋਂ ਆਪਣਾ 6 ਜਾਨਵਰ ਸੇਲ ਹੋ ਚੁੱਕੇ ਨੇ 6 ਇਹ ਵਾਲੇ ਸੇਲ ਹੋ ਚੁੱਕੇ ਨੇ ਠੀਕ ਹੈ ਸੇਲ ਹੋ ਚੁੱਕੇ ਨੇ ਤੇ ਬਾਕੀ ਇਹ 20 ਜਾਨਵਰ ਜਿਹੜੇ ਨਾ ਉਹ ਅਵੇਲੇਬਲ ਨੇ ਹਲੇ ਤੱਕ ਮੌਜੂਦ ਹੈ ਕਹਿੰਦੇ ਗੁੱਡ ਹੋ ਗਿਆ ਜੀ ਹਾਂਜੀ ਲੋ ਜੀ ਜਰਾ ਦੋਸਤੋ ਸ਼ੌਕ ਕਰਾਵਾਂਗੇ ਤੁਹਾਨੂੰ ਵਸੀਮ ਭਾਈ ਜਰਾ ਤਾਰਫ ਕਰਵਾਓ ਜੀ ਲੋਕੇਸ਼ਨ ਦਾ ਗਾਈਡ ਕਰ ਦੇ ਦੋਸਤੋ ਨੰਬਰ ਵੀ ਸ਼ੇਅਰ ਕਰੋ ਬਾਈ ਜਾਨ ਮੇਰਾ ਨਾਮ ਵਸੀਮ ਹੁਸੈਨ ਹੈ ਜੀ ਜੀ ਚਾਕ ਨੰਬਰ 10 ਵਾਲਾ ਨਾਰ ਤਸੀਰ ਨਾਲਾ ਖੁਰ ਜ਼ਿਲ੍ਹਾ ਉਕਾੜਾ ਠੀਕ ਹੈ ਮੋਬਾਈਲ ਨੰਬਰ 0341521587 ਇਸ ਨੰਬਰ ਤੇ ਵਟਸਐਪ ਬਣੀ ਹੋਈ ਠੀਕ ਹੋ ਗਿਆ ਅੱਛਾ ਵਸੀਮ ਭਾਈ ਤੁਹਾਡੇ ਕੋਲ ਬੱਚੇ ਕੁਰਬਾਨੀ 2025 ਲਈ ਮਿਲਦੇ ਹਾਂਜੀ ਇਸ ਤੋਂ ਇਲਾਵਾ ਫੈਟਨਿੰਗ ਵਾਲੇ ਵੀ ਫੈਟਨਿੰਗ ਵਾਲਾ ਵੀ ਮਿਲ ਜਾਂ ਸੀ ਠੀਕ ਹੈ ਇਹ ਕੁਰਬਾਨੀ 2025 ਵਾਲਾ ਜਾਨਵਰ ਜਿਹੜਾ ਨਾਲ ਸਾਰਾ ਮਾਲ ਸ਼ੌਂਕ ਵਾਲਾ ਜਿਹੜਾ ਲੈਂਦਾ ਹੈ ਠੀਕ ਹੈ ਕਿਉਂਕਿ ਜਿਹੜੇ ਭਾਈ ਨੂੰ ਜਿਹੜੀ ਜਿਆ ਰੈਂਡ ਜਾਨਵਰ ਚਾਹੀਦਾ ਹੋਇਆ ਉਸੇ ਚੋਂ ਉਹਨੂੰ ਮਿਲੇਗਾ ਠੀਕ ਹੋ ਗਿਆ ਸਹੀ ਲੋ ਜੀ ਜਰਾ ਦੋਸਤੋ ਅੱਛਾ ਵਸੀਮ ਭਾਈ ਮੇਰੇ ਦੋਸਤਾਂ ਨੂੰ ਇਹ ਦੱਸੋ ਕਿ ਅਜਿਹੇ ਟੋਡੇ ਕੋ ਬੱਚੇ ਨੇ ਜੀ ਇਹਨਾਂ ਦਾ ਐਵਰੇਜ ਵਜ਼ਨ ਕਿੰਨਾ ਹੈ ਜੀ ਇਨਾਂ ਦਾ ਮੀਟ ਵੇਟ ਜਿਹੜਾ ਹੈ ਨਾ ਬਈ ਜਾਨੀ ਜੀ ਜੀ ਉਹ ਸਵਾ 3 ਮਣ ਸਾਢੇ 3 ਮਣ ਗੋਸ਼ ਵਜ਼ਨ ਗੋਸ਼ਤ ਵਜ਼ਨ 3 ਮਣ ਪਲੱਸ ਹੈਗਾ ਹਰ ਜਾਨਵਰ ਗੁੱਡ ਹੋ ਗਿਆ ਜੀ ਹਾਂਜੀ ਲੋ ਜੀ ਜ਼ਰਾ ਦੋਸਤ ਚੈੱਕ ਕਰ ਲੋ ਅੱਛਾ ਬਾਕੀ ਜਾਨਵਰ ਭਾਈ ਜਣ ਜਿਹੜਾ ਦਾ ਨਾਵ ਜਾਲਰ ਵਾਲੇ ਤੇ ਕਹਾਨ ਵਾਲੇ ਸੋਹਣੇ ਬੰਨਣ ਵਾਲੇ ਨੇ ਇਹ ਚੀਜ਼ਾਂ ਜਿਹੜਾ ਨਾ ਉਹ ਵਜ਼ਨ ਨਾਲ ਨਹੀਂ ਮਿਲਦੀਆਂ ਹੂੰ ਹੂੰ ਠੀਕ ਹੈ ਕਿਉਂਕਿ ਜਿਹੜਾ ਕਿਹੜਾ ਕਾਟੂ ਮਾਲ ਜਿਹੜਾ ਆਪਾਂ ਇਹਨੂੰ ਵਜ਼ਨ ਨਾਲ ਤੋਲਣਾ ਹੈ ਇਹ ਚੀਜ਼ਾਂ ਲੱਭਦੀਆਂ ਨੇ ਖੂਬਸੂਰਤੀ ਨਾਲ ਬਿਲਕੁਲ ਜੀ ਠੀਕ ਹੈ ਤੇ ਸ਼ੌਕ ਨਾਲ ਪਾਲਣ ਵਾਲਾ ਜਿਹੜਾ ਮਾਲ ਹੈ ਜ਼ਬਰਦਸਤ ਜ਼ਰਾ ਦੋਸਤਾਂ ਚਾਲੜਾ ਚੈੱਕ ਕਰਾਉ ਹ ਵਨ ਬਾਈ ਵਨ ਜ਼ਰਾ ਸ਼ੌਕ ਕਰਾ ਇਹ ਦੋਸਤਾਂ ਨੂੰ ਚੈੱਕ ਕਰੋ ਭਾਈ ਜਣ ਤੇ ਖੋਲ ਕੇ ਦੋ ਇੱਥੇ ਜਾਨਵਰ ਜਿਹੜਾ ਨਾ ਸ਼ੌਕ ਕਰਾਈ ਹੈ ਭਾਈਆਂ ਦਾ ਲੱਗ ਜ਼ਬਰਦਸਤ ਹੋ ਗਿਆ ਅਜੇ ਇਹਨਾਂ ਜ ਨੰਬਰ ਤੇ ਇੱਕ ਐ ਚੀਜ਼ ਦਾ ਸ਼ੋਕ ਕਰਾਣੇ ਦੋਸਤਾਂ ਨੂੰ ਜੀ ਜੀ ਇਹ 25 ਬੱਚਿਆਂ ਦੀ ਲਾੜ ਕਿਸੇ ਹਿਸਾਬ ਨਾਲ ਮਿਲੇਗੀ ਇਹ ਭਾਈ ਜਾਨ ਹੁਣ ਸੇਲ ਆਵਲੈਬਲ ਤਾਂ ਗਏ ਨੇ 20 ਜਨਵਰੀ ਅੱਛਾ ਠੀਕ ਹੈ ਠੀਕ ਹੈ ਉਹ 6 ਜਨਵਰੀ ਤਾਂ ਜਿਹੜੇ ਨੇ ਉਹ ਸੇਲ ਹੋ ਗਏ ਨੇ ਜੀ ਕਾਇਆ 19 ਜਨਵਰੀ ਮੌਜੂਦ ਨੇ ਠੀਕ ਹੈ ਹਾਂ ਜੀ ਮਾਲ ਆ ਜਾਣਾ ਰਾਤ ਤੱਕ ਹੋਰ ਵੀ ਆਪਣੇ ਡੇਰੇ ਤੇ ਠੀਕ ਹੈ ਫਿਲਹਾਲ ਜਿਹੜਾ ਮਾਲ ਹੈ ਅਵੇਲੇਬਲ ਹੈ ਉਹ ਆਪਾਂ ਭਾਈਆਂ ਨੂੰ ਵਿਖਾਵਾਂਗੇ ਉਹਦਾ ਰੇਟ ਵੀ ਦੱਸਾਂਗੇ ਠੀਕ ਹੈ ਜੀ ਇਹ 19 ਜਨਵਰੀ ਨੇ ਇਹਨਾਂ ਦੀ ਲਾਟ ਕੋ ਲਵੇ ਪੂਰੀ ਲਾਟ 138000 ਦੇ ਪੁੱਠੇ ਨਾਲ ਪੂਰਾ ਪੰਜਾਬ ਹੁੰਦੀ ਫਰੀ ਹੋਵੇ ਇੱਕ 38 ਇੱਕ 38 ਨਾਲ ਬੈ ਜਾਂਦਾ ਦੇਖ ਲਓ ਜਨਾਬ ਰੇਟ ਮਾਰਕੀਟ ਵਿੱਚ 145 40 ਵੀ ਚੱਲ ਰਿਹਾ ਹੈ ਜੀ 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 ਨਾਲ 40 45 ਨਾਲ ਤਾਂ ਫਿਰ ਸਾਰਾ ਜਾਣ ਹੀ ਵਿਛਦਾ ਪਿਆ ਹੈ ਠੀਕ ਹੈ ਆਪਾਂ ਅਗਰ ਜਿਹੜਾ ਦਾ 2000 ਘੱਟ ਦੇਵਾਂਗੇ ਤਾਂ ਭਾਈਆਂ ਦਾ ਫੇਰ ਹੀ ਫਾਇਦਾ ਹੋਣਾ ਹੈ ਬਿਲਕੁਲ ਬੜੀ ਅੱਛੀ ਗੱਲ ਹੈ 138 ਦੇ ਜ ਦਾ ਮਾਲ ਚੈੱਕ ਕਰਾ ਬਾਈਆਂ ਨੂੰ ਮਾਸ਼ਾਅੱਲਾ ਜੀ ਲਓ ਜੀ ਜ਼ਰਾ ਦੋਸਤੋ ਕਹਾਨ ਜਾਨਵਰਾਂ ਦੀ ਤਾਂ ਕੁਆਲਿਟੀ ਚੈੱਕ ਕਰਾਈਆ ਲਓ ਜੀ ਜ਼ਰਾ ਦੋਸਤੋ ਸ਼ੌਕ ਕਰੋ ਜੀ ਮਾਸ਼ਾਅੱਲਾ ਜੀ ਕਹਾਨਾ ਜਾਲਰ ਦਾ ਚੈੱਕ ਕਰੇ ਬਛੜੇ ਕੀ ਵੇਲ ਸ਼ੇਲ ਵੀ ਆਪ ਚੈੱਕ ਕਰ ਲੇ ਕੁਕਦੀ ਇਹ ਕੁਆਲਿਟੀ ਤੇ ਹੂੰ ਠੀਕ ਹੈ ਹਾਂ ਬਣਨ ਵਾਲੀ ਚੀਜ਼ਾਂ ਨੇ ਇਹਦੀਆਂ ਜ਼ਬਰਦਸਤ ਹੋ ਗਿਆ ਜਿਹੜਾ ਜਾਨਵਰ ਹੈਗਾ ਗੁੱਡ ਹੋ ਗਿਆ ਜੀ ਕਦ ਕਾਟ ਹਾਈਟ ਜਿਹੜੀ ਹੋ ਜਾਨਵਰ ਦੀ ਚੈੱਕ ਕਰਾਂ ਠੀਕ ਹੋ ਗਿਆ ਲਓ ਜੀ ਜ਼ਰਾ ਦੋਸਤੋ ਚਾਲ ਡਾਲ ਕਦ ਕਾਟ ਹਾਈਟ ਸ਼ਟ ਚੈੱਕ ਕਰ ਲਓ ਤਸੱਲੀਆਂ ਕਰੇਂ ਜੀ ਆਪ ਇਹ ਜਾਨਵਰ ਮਿਲenge ਜੀ ਮੁਸਿੰਮ ਬਈ ਜੀ ਓਕੇ ਹੋ ਗਿਆ ਸ਼ੌਕ ਕਰਨਾ 201 ਸੇ ਵੱਧ ਕੇ ਇੱਕ ਜਾਨਵਰ ਮਾਸ਼ਾਅੱਲਾ ਜੀ ਔਰ ਅੱਛਾ ਵਸੀਮ ਭਾਈ ਫਿਟਨੈਸ ਦੀ ਗਾਰੰਟੀ ਹੋਏਗੀ ਬਿਲਕੁਲ ਫਿਟ ਫਾਟ ਜਾਨਵਰ ਹੁੰਦੇ ਜੀ ਗਾਰੰਟੀ ਜਿਹੜਾ ਨਾ ਹੈਲਦੀ ਜਾਨਵਰ ਜਿਹੜਾ ਹਰ ਕਿਸਮ ਦੀ ਜਿਹੜਾ ਨਾ ਬਿਮਾਰੀ ਤੋਂ ਪਾਕ ਐਬਨੋਕਸ ਤੋਂ ਪਾਕ ਠੀਕ ਹੋ ਗਿਆ ਜੀ ਲਓ ਜੀ ਦੋਸਤੋ ਨੰਬਰ 2 बछड़े मिलेंगे जी, जी। आपको चेक जी जी। आप करो जरा दोस्तों माशाल्लाह प्रिंट देखिए जी

ਮਾਸ਼ਾਅੱਲਾ ਜੀ ਚੈੱਕ ਕਰਾਓ ਨਾ ਭਾਈ ਜਾਨੀ ਹਮਮ ਠੀਕ ਹੈ ਜਿਹੜਾ ਕਿਤੋਂ ਜਿਹੜਾ ਵਜ਼ਨ ਨਾਲ ਬਦਦੀਆਂ ਬਿਲਕੁਲ ਸਹੀ ਗੋਰਾ ਬੱਚਾ ਮਾਸ਼ਾਅੱਲਾ ਜੀ ਪਿਓਰ ਗੋਰਾ ਬੱਚਾ ਜੀ ਔਰ ਜ਼ਰਾ ਚੈੱਕ ਕਰ ਲੈ ਕਲਰ ਚੈੱਕ ਕਰਾ ਹੈ ਹੂੰ ਕਲਰ ਜ਼ਰਾ ਦੋਸਤੋ ਦੇਖੇ ਬਹੁਤ ਹੀ ਸ਼ਾਈਨਿੰਗ ਕਲਰ ਬਿਲਕੁਲ ਠੀਕ ਹੈ ਹੂੰ ਕਲਰ ਜਿਹੜਾ ਬਿਲਕੁਲ ਲਾਲ ਸੁਰਖ ਹੈ ਬਿਲਕੁਲ ਜੀ ਠੀਕ ਹੈ ਹੂੰ 1.38 ਦੇ ਵਿੱਚ ਜਾਏਗਾ ਜੀ ਹਾਂਜੀ 1.38 ਚ ਵੀ ਜਾਵੇ ਲਾਰ ਦੇ ਹਿਸਾਬ ਨਾਲ 1.38 ਜਾ ਠੀਕ ਹੈ ਔਰ ਅਗਰ ਕੋਈ ਕੱਲਾ ਬਈ ਲਵੇ ਤੇ ਫਿਰ ਕੱਲਾ ਕੋ ਲਵੇ ਤੇ 1.55000 ਦਾ 1.55 ਚ ਠੀਕ ਹੋ ਗਿਆ ਲਓ ਜੀ ਜਰਾ ਦੋਸਤੋ ਸ਼ੌਕ ਕਰ ਲਓ ਜੀ 1.38 ਲਾਰ ਦੇ ਵਿੱਚ ਮਾਲ ਲਵੋਗੇ ਤੇ ਮਨਾਸਬ ਸੌਦੇ ਜੀ ਔਰ ਇੱਕ ਇੱਕ ਕਰਕੇ ਤੁਹਾਨੂੰ ਚੈੱਕ ਕਰਵਾਣੇ ਆ ਜੀ ਸ਼ੌਕ ਇੱਥੇ ਰਾਇ ਵਸੀਮ ਖੱਲ ਭਾਈ ਕੱਢੇ ਰਹਿ ਜੀ ਆਪੋ ਭਾਈ ਜਾਨ ਤੇਰੀ ਫੈਮਿਲੀ ਜਿਹੜੀ ਹੈ ਨਾ ਜੀ ਜੀ ਉਹਦਾ ਸ਼ੌਕ ਹੀ ਪੂਰਾ ਕਰਨ ਵਾਸਤੇ ਆਏ ਆ ਗੁੱਡ ਹੋ ਗਿਆ ਕੋਈ ਸ਼ੱਕ ਨਹੀਂ ਜੀ ਤਾਂ ਵੰਡਨੀਆਂ ਨੇ ਸਾਕੀ ਰੋਜ਼ਾ ਜਿਹੜਾ ਰਿਜ਼ਕ ਹੈ ਉਹ ਅੱਲਾਹ ਪਾਕ ਜਿਹੜਾ ਉਹ ਦੇ ਦੇਣਾ ਸਾਡੇ ਇਸੇ ਦਾ ਜਿਹੜਾ ਹਾਂਜੀ ਔਰ ਵਸੀਮ ਭਾਈ ਤੁਸੀਂ ਜਾਨਵਰ ਜਿਹੜੇ ਦੇਰੋ 138 ਦੇ ਵਿੱਚ ਤੁਸੀਂ ਆਪਣਾ ਮਾਰਜਨ ਕਿੰਨਾ ਰੱਖਦੇ ਹੋ ਜਨਾਬ ਦੋਸਤਾਂ ਨੂੰ ਮناسب ਸੌਦੇ ਦਿਓਗੇ ਆਪਣਾ ਜਿਹੜਾ ਜਿਹੜਾ ਨਾ ਆਪਣਾ ਨਸੀਬਾ ਜਿਹੜਾ ਆਪਾਂ ਨੂੰ ਠੀਕ ਜਾਂਦਾ ਠੀਕ ਹੈ ਹਮਮ ਹੁੰਦੀ ਹੈ ਕਿ ਮناسب ਜਿਹੜਾ ਰੋਜ਼ੀ ਰੋਟੀ ਦਾ ਗੁਜ਼ਾਰ 2000 ਠੀਕ ਹੈ ਹਮਮ ਜੋ ਸਾਡੇ ਨਸੀਬਾਂ ਦਾ ਰਜ਼ਾ ਕਰ ਉਹ ਤਾਂ ਸਾਨੂੰ ਮਿਲਣਾ ਹੀ ਬਿਲਕੁਲ ਸਹੀ ਉਹ ਅੱਲਾਹ ਬਖਸ਼ ਦੇਣਾ ਇਹ ਕਾਰੋਬਾਰ ਵੀ ਹੈ ਸ਼ੌਕ ਵੀ ਹੈ ਹਮਮ ਠੀਕ ਹੈ ਸਮੇਂ ਲੋ ਦੀ ਰੋਜ਼ੀ ਰੋਟੀ ਦਾ ਜ਼ਰੀਆ ਵੀ ਹੈ ਓਕੇ ਹੋ ਗਿਆ ਜੀ ਠੀਕ ਹੈ ਜੀ ਹਮਮ ਹਾਂ ਲੋ ਜੀ ਦੋਸਤੋ ਬਿਲਕੁਲ 12000 ਰੋਜ਼ੀ

ਕਵਾਲਿਟੀ ਇਸ ਕੀ ਦੇਖੋ ਜੀ ਬਹੁਤ ਹੀ ਜ਼ਬਰਦਸਤ ਕੁਆਲਿਟੀ ਜੀ ਕੁਆਲਿਟੀ ਭਾਈ ਜਣ ਹੁਣ ਇਹਦੇ ਦੂਸਰੇ ਕੁਆਲਿਟੀ ਲਖੀਏ ਨਹੀਂ ਬਿਲਕੁਲ ਕੋਈ ਸ਼ੱਕ ਨਹੀਂ ਹੈ ਜੀ ਮਾਲ ਜਿਹੜਾ ਦੋਸਤ ਸੁਥਰਾ ਹੀ ਲਿਆਇਆ ਹੋਵੇ ਨਾ ਭਾਈ ਜਣ ਬੰਦਾ ਹਮਮ ਸੇਲ ਕਰਨ ਵਾਲਾ ਬੰਦਾ ਜਿਹੜਾ ਨਾ ਵੇਖਣ ਵਾਲਾ ਹਮਮ ਉਹ ਆ ਕੇ ਜਾਨਵਰ ਤੇ ਕਰੀ ਬਹਿ ਜਾਵੇ ਮੈਂ ਇਹ ਚੀਜ਼ ਲੈ ਕੇ ਜਾਣੀ ਬਿਲਕੁਲ ਅਗਰੇ ਇਸ ਤਰ੍ਹਾਂ ਦੀ ਹੋਵੇ ਕੀ ਬਾਤ ਹੈ ਜੀ ਅੱਜ ਸੋਹਣੀ ਸ਼ਾਇ ਕੋ ਲੈ ਕੇ ਜਾਵੇਗਾ ਨਾ ਹਮਮ ਅੱਗੇ ਜਾ ਕੇ ਉਹਨੂੰ ਵੇਚਣੇ ਦੀ ਕੋਈ ਪਰੇਸ਼ਾਨੀ ਨਹੀਂ ਹੈ ਬੜੀ ਅੱਛੀ ਗੱਲ ਹੈ ਹਮਮ ਆ ਕੇ ਉਹਨਾਂ ਨੂੰ ਤਿਆਰ ਕਰੇ ਇਹ ਇਨਸ਼ਾਅੱਲਾ ਜਿਆਦਾ ਹੋ ਅੱਬ ਅੱਲਾ ਦੇ ਹੁਕਮ ਨਾਲ ਰੋਜ਼ੀ ਵੀ ਜਿਹੜੀ ਉਹ ਅੱਛੀ ਖਾਸੀ ਦੇਉਂਗੀ ਜ਼ਬਰਦਸਤ ਜਿਹਾ ਚਾਲ ਡਾਲ ਤੂੰ ਚੱਕਰੋ ਹਾਂ ਦੋਸਤਾਂ ਨੂੰ ਲੋ ਜੀ ਜ਼ਰਾ ਦੋਸਤੋ ਕਹਾਨਾਫ ਜਾਲਰ ਪਲੱਸ ਚਾਲਡਾ ਸਟਰਕਚਰ ਪੂਰਾ ਚੈੱਕ ਕਰ ਲੇ ਜੀ ਇਸ ਤਰ੍ਹਾਂ ਕੇ ਬੱਚੇ ਮਿਲenge ਜੀ ਨੰਬਰ ਵਸੀਮ ਭਾਈ ਇੱਕੀ ਇਸਲਾਵਾ ਕੋਈ ਨੰਬਰ ਨਹੀਂ ਨੰਬਰ ਇੱਕ ਹੀ ਆਪਣਾ 03411528797 ਇਸ ਨੰਬਰ ਤੇ ਵਟਸਐਪ ਬਣੀ ਹੈ ਠੀਕ ਹੋ ਗਿਆ ਜੀ ਜੀ ਭਾਈ ਜਾਨ ਚੀਜ਼ਾਂ ਲਿਆ ਕੇ ਜਿਹੜਾ ਭਾਈਆਂ ਨੂੰ ਦੇਲੀ ਦਿਆਂ ਨੇ ਠੀਕ ਹੈ ਤੇ ਗੱਲਾਂ ਨਾਲ ਆਪਾਂ ਜਿਹੜਾ ਤੈਨੂੰ ਪਤਾ ਕੰਮ ਨਹੀਂ ਕਰਦੇ ਹਮ ਕੰਮ ਹੁੰਦਾ ਮਾਲ ਨਾਲ ਬਿਲਕੁਲ ਜੀ ਇਸ ਤਰ੍ਹਾਂ ਹਾਂ ਗੱਲਾਂ ਦਾ ਮੋੜ ਜਿਹੜਾ ਹਰ ਬੰਦਾ ਹੀ ਕਰ ਸਕਦਾ ਹੈ ਚੀਜ਼ ਅੱਗੇ ਹੋਵੇ ਨਾ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਪਤਾ ਚੱਲ ਜਾਏਗਾ ਬਿਲਕੁਲ ਅੱਛੀ ਗੱਲ ਹੈ ਤੇ ਬਾਕੀ ਜੋੜੀ ਜਿਹੜਾ ਕਾਲੇ ਜਾਨਵਰਾਂ ਦੀ ਖੜੀ ਹੈ ਗੁੱਡ ਹੋ ਗਿਆ ਜੀ ਜਿਹੜਾ ਸ਼ੌਕ ਜ ਉਹੋ ਮਿਲੇਗਾ ਸਹੀ ਔਰ ਜੋੜੀ ਜਾਨਵਰਾਂ ਦੀ ਤੇਰੀ ਫੈਮਲੀ ਵਾਸਤੇ ਲੈ ਕੇ ਆਇਆ ਚੈੱਕ ਕਰਾ ਦੇ ਜਾਨਵਰ ਮਾਸ਼ਾਅੱਲਾ ਜੀ ਠੀਕ ਹੈ ਚੋਲਸਤਾਨੀ ਜੋੜੀ ਜੀ ਕੀ ਬਾਤ ਹੈ ਲਓ ਜੀ ਜਰਾ ਦੋਸਤੋ ਚੋਲਸਤਾਨੀ ਜੋੜੀ ਜੀ ਪਿਓਰ ਚੋਲਸਤਾਨੀ ਜੀ ਗਿਫਟ ਹੈ ਜੀ ਫੈਮਲੀ ਦਾ ਮੈਂਬਰ ਵੇਖੇਗਾ ਨਾ ਜੀ ਜੀ ਉਹ ਇਹਦੀ ਖਾਹਿਸ਼ ਕਰੇਗਾ ਓਕੇ ਹੋ ਗਿਆ ਲਓ ਜੀ ਦੋਸਤੋ ਚੀਜ਼ ਇਸ ਤਰ੍ਹਾਂ ਦੀ ਹੈ ਕਿ ਜਿਹੜਾ ਬਈ ਵੀ ਦੇਖੇਗਾ ਇਹਦੀ ਖਾਹਿਸ਼ ਕਰੇਗਾ ਜੀ ਵਸੀਮ ਭਾਈ ਕਾ ਕਹਣਾ ਹੈ ਜੀ ਔਰ ਜਾਨਵਰ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਜੀ ਤੁਸੀਂ ਦੇਖੋਗੇ ਔਰ ਵਾਕਈ ਦਿਲ ਨੂੰ ਲੱਗਣ ਵਾਲੇ ਦਿਲ ਨੂੰ ਖੁਸ਼ ਕਰਨ ਵਾਲੇ ਜਾਨਵਰ ਲਓ ਜੀ ਜਰਾ ਦੋਸਤੋ ਪ੍ਰਿੰਟ ਚੈੱਕ ਕਰ ਲਓ ਜੀ ਦੂਸਰਾ ਵੀ ਲਾਇਆ ਅੱਗੇ ਭਾਈ ਜੋੜੀ ਇਕੱਠੀ ਚੱਕਰਾਂ ਨੇ ਦੋਸਤਾਂ ਨੂੰ ਇੱਕ ਹੀ ਸ਼ੈੱਡ ਜੀ ਇਹਨਾਂ ਦਾ ਔਰ ਐ ਜਰਾ ਦੋਸਤੋ ਹਾਈਡ ਸ਼ੈੱਡ ਵੀ ਆਪ ਚੈੱਕ ਕਰ ਲੈ ਹੂੰ ਥੋੜੀ ਚੈੱਕ ਕਰਾ ਦਿਓ ਮਾਸ਼ੱਲਾ ਜੀ ਮਾਸ਼ੱਲਾ ਠੀਕ ਹੈ ਜੀ ਨਾਵ ਜਾਲਰ ਜਾਨਵਰ ਦੇ ਸੇਵ ਨੂੰ ਨਹੀਂ ਹਗੇ ਨਹੀਂ ਠੀਕ ਹੈ ਹਾਈਡਰੋਇਡ ਕੱਦ ਜਾਨਵਰਾਂ ਦਾ ਫੇਲ ਕੱਦ ਸਾਰਾ ਕੁਝ ਚੈੱਕ ਕਰਾ ਲਓ ਲੋ ਜੀ ਦੋਸਤੋ ਬਾਈ ਜਾਨ ਕੋਈ ਬੰਦਾ ਵੀ ਜਿਹੜਾ ਜੋੜੀ ਲਵੇ ਅੱਛਾ ਠੀਕ ਹੈ ਹੂੰ ਹੂੰ ਉਹਨੂੰ 4 ਲੱਖ ਰੁਪਏ ਦੀ ਮਿਲੇਗੀ ਜੋੜੀ 4 ਲੱਖ ਦੀ ਡਿਮਾਂਡ ਤਾਂ ਕਰਨ ਨੂੰ 4.5 ਹੈ ਲੇਕਿਨ 4 ਲੱਖ ਦੀ ਮਿਲ ਜਾਸੀ ਗੁੱਡ ਹੋ ਗਿਆ ਜੀ ਹਾਂਜੀ ਲੋ ਜੀ ਦੋਸਤੋ ਜੋੜੀ ਹੂੰ ਠੀਕ ਹੈ ਬਾਈ ਜਾਨ ਆਇਵ ਨੋਕਸ ਤੋਂ ਪਾਕ ਹੈ ਜ਼ਬਰਦਸਤ ਹੋ ਗਿਆ ਜੀ ਲੋ ਜੀ ਦੋਸਤੋ ਫੇਸ ਚੈੱਕ ਕਰ ਲਓ ਜੀ जोड़ी है जी माशाल्लाह जी और कोहान ऑफ जालर और स्ट्रक्चर वेलशिला चेक कर ले जी बछड़े की बैक से पुठा छुठा भी आप देख लें माशाला जी अच्छी हाइट है जी और अच्छी वेल है जी इसकी ये जानवर और दूसरा ये है जी ये जोड़ी चार लाख में सीम भाई 4 ਲੱਖ ਦੇ ਨਾਲ ਡਿਲੀਵਰੀ ਇੱਕ ਡਿਲੀਵਰੀ ਆਪਣੀ ਹੋਏਗੀ ਡਿਲੀਵਰੀ ਦੀ ਉਹ ਵੀ ਦੇਵਾਂਗੇ ਭਾਈ ਜੀ 4 ਲੱਖ ਵਿੱਚ ਡਿਲੀਵਰੀ ਵਿੱਚ 4 ਲੱਖ ਡਿਲੀਵਰੀ ਵਿੱਚ ਜ਼ਬਰਦਸਤ ਓਕੇ ਹੋ ਗਿਆ ਲੋ ਜੀ ਦੋਸਤਾਂ ਦੇ ਫੈਮਲੀ ਦਾ ਭਾਈ ਜੀ ਮੈਂ ਸ਼ੌਕ ਪੂਰਾ ਕਰਨਾ ਹਾਂ ਹਾਂ ਠੀਕ ਹੋ ਗਿਆ ਜੀ ਲੋ ਜੀ ਦੋਸਤਾਂ ਸ਼ੌਕ ਪੂਰਾ ਹੋਏਗਾ ਜੀ ਤੁਹਾਡਾ ਇੱਥੇ ওয়ਸੀਮ ਭਾਈ ਦੇ ਕੋਲ ਜੀ ਹਰ ਤਰ੍ਹਾਂ ਦਾ ਮਾਲ ਹਰ ਸਾਈਜ਼ ਦੇ ਜੀ ਜਿਸਨ ਦਾ ਤੁਹਾਨੂੰ ਚਾਹੀਦਾ ਹੈ ਉਹ ਬਾਈ ਇੱਥੇ ਆਲੇ ਮੌਕੇ ਤੇ ਮੌਜੂਦ ਬੈਠੇ ਨੇ ਅੱਛਾ ਭਾਈ ਇੱਥੇ ਬੈਠੇ ਆ ਜੀ ਮਾਸ਼ਾਅੱਲਾ ਠੀਕ ਹੋ ਗਿਆ ਹਾਂ ਹਾਂ ਤੇ ਉਹਨਾਂ ਲਈ ਸਾਡੀ ਜਿਹੜਾ ਆ ਦਾ ਕਰਾਂਦੇ ਆ ਆਪਣਾ ਗੱਲ ਓਕੇ ਹੋ ਗਿਆ ਲਓ ਜੀ ਜਰਾ 200 ਦੋਨਾਂ ਨੂੰ ਨਾ ਬਾਈਆਂ ਦੇ ਹਮ ਕਲਾਮੀ ਜਿਹੜਾ ਸੁਣ ਲੋ ਸਾਰਾ ਕੁਝ ਹੈ ਠੀਕ ਹੋ ਗਿਆ ਹਾਂਜੀ ਲਓ ਜੀ ਭਾਈ ਜੀ ਇੱਥੇ ਮਜੂਨ ਹੈ ਜੀ ਔਰ ਉਹਨਾਂ ਕੋਲ ਪੁੱਛਦੇ ਆ ਜੀ ਉਹਨਾਂ ਨੇ ਮਾਸ਼ਾ 6 ਬੱਚੇ ਖਰੀਦਿਆ ਭਾਈ ਸਾਹਿਬ ਅਸਲਾਮ ਅਲੈਕਮ ਵਾਲੇਕਮ ਸਲਾਮ ਜੀ ਭਾਈ ਜਨ ਕੀ ਹਾਲ ਚਾਲ ਹੈ ਠੀਕ ਠਾਕ ਹੋ ਸ਼ੁਕਰ ਹੈ ਅੱਲਾਹ ਬਾਦ ਹਰੀ ਹਾਂਜੀ ਜਰਾ ਨਾਮ ਦੱਸੋ ਔਰ ਇਹ ਦੱਸੋ ਮੇਰੇ ਦੇਖ ਲੈਣ ਕਿ ਕਿੱਥੋਂ ਆਏ ਹੋ ਭਾਈ ਜਨ ਕਾਸਲੀ ਨਾਮ ਹੈ ਗੁਜਰਾਤ ਤੋਂ ਆਏ ਹਾਂ ਜੀ ਗੁਜਰਾਤ ਤੋਂ ਕਿੰਨੇ ਬੱਚੇ ਪਸੰਦ ਕੀਤੇ ਆ ਜੀ 8 ਅੱਠ ਪਸੰਦ ਕੀਤੇ ਆ ਜੀ ਇਹ 6 ਖੜੇ ਆ ਜੀ ਜਿਹਨਾਂ ਨੂੰ ਕੀਤਾ ਸੀ ਤੇ ਹੁਣ ਉਹ ਬਾਈਆਂ ਨੇ ਜਾਨਵਰ ਵੇਖ ਕੇ ਕਹਿੰਦੇ ਨੇ ਵੀ ਦੋ ਹੋਰ ਕਰ ਦੇ। ਜਬਰਦਸਤ ਚिनेਗਾ ਇਸ ਦਾ ਦੋ ਜਿਹੜਾ ਨਾਲ ਹੋਰ ਕਰ ਲੈਨੇ ਆ। ਦੋ ਹੋਰ ਕਰ ਲੈਨੇ ਆ। ਇੱਥੇ ਤੁਸੀਂ ਆਏ ਹੋ ਤੁਸੀਂ ਇਹਨਾਂ ਦੀ ਵੀਡੀਓ ਕਿੱਥੇ ਦੇਖੀਏ ਜੀ? ਇਹ YouTube ਤੇ ਦੇਖੀਏ। YouTube ਤੇ ਦੇਖੀਏ ਇੱਥੇ ਆਏ ਹੋ ਤੁਹਾਨੂੰ YouTube ਤੇ ਤੁਸੀਂ ਜਿਹੜੇ ਦੇਖੀਏ ਔਰ ਇੱਥੇ ਆਏ ਹੋ ਕੋਈ ਫਰਕ ਮਹਿਸੂਸ ਹੋਇਆ ਇੱਥੇ ਆ ਕੇ ਤੁਸੀਂ ਇਹਨਾਂ ਨੂੰ ਕਿਸਾ ਦਾ ਪਾਇਆ? ਬਹੁਤ ਅچھے ਬੰਦੇ ਨੇ ਭਾਈ ਜਾਨ ਹਮ ਹਮ ਬਹੁਤ ਹਿਦਮਤ ਕੀਤੀ ਇਹਨਾਂ ਨੇ ਸਾਡੀ ਰਾਤ ਦੇ ਚਾਹ ਰਾਤ ਵੀ ਇਹਨਾਂ ਕੋਲ ਹੀ ਸਾ ਠੀਕ ਹੈ ਕਿਸੇ ਚਿੰਤਾ ਦਾ ਕੋਈ ਤੋਕਰ ਨਹੀਂ ਹਮ ਸਹੀ ਮਾਲ ਦੇਲ ਨੂੰ ਲੱਗਣ ਨਾਲ ਮਿਲਿਆ ਜੀ ਬਹੁਤ ਅੱਛਾ ਮਾਲ ਹੈ ਵੀਡੀਓ ਤਾਂ ਛੋਟਾ ਲੱਗਦਾ ਉਹ ਵੱਡਾ ਇੱਥੇ ਆ ਕੇ ਇੱਥੇ ਆ ਕੇ ਵੱਡਾ ਮਾਲ ਕੀ ਬਾਤ ਹੈ ਅੱਛਾ ਇਹ ਦੱਸੋ ਕਿ ਜਿਹੜੇ ਦੋਸਤ ਦੇਖ ਰਹੇ ਨੇ ਕੀ ਮੈਸੇਜ ਦਿਓਗੇ ਇੱਥੇ ਦੇ ਡੇਰੇ ਦੇ ਵਾਲੇ ਨਾਲ ਆਓ ਸਰ ਬਹੁਤ ਅچھے ਬੰਦੇ ਨੇ ਠੀਕ ਹੈ ਹਮ ਹਮ ਤੇ ਆ ਕੇ ਖਰੀਦੋ ਮਾਲ ਸਹੀ ਹੋ ਗਿਆ ਅੱਛਾ ਮਾਲ ਹੈ ਗੁੱਡ ਹੋ ਗਿਆ ਕਿਉਂਕਿ ਆਪਾਂ ਤੁਸੀਂ ਬਾਈ ਜਿਹੜਾ ਨਾ ਜਿਹੜੀ ਗੱਲ ਕਰਦੇ ਨੇ ਕਿ ਕਿਸੇ ਭਾਈ ਨੂੰ ਕਰਕੇ ਸਦਵਾਣਾ ਹੈ ਹਾਂਜੀ ਉਹ ਗੱਲ ਇਨਸ਼ਾਅੱਲਾ ਇੱਥੇ ਪੂਰੀ ਜਿਹੜਾ ਹੋਵੇਗੀ ਜ਼ਬਰਦਸਤ ਤੇ ਦੇਖੋ ਨਾ ਸਿਰ ਦੱਸ ਕੇ ਇੱਥੇ ਆਵੇਦਾ ਸਿਰ ਹੋਵੇ ਉਹਦਾ ਫਾਇਦਾ ਨਹੀਂ ਅਗਲਾ ਬੰਦਾ ਸਫਰ ਕਰਕੇ ਆਉਂਦਾ ਹੈ ਟਾਈਮ ਜ਼ਾਇਆ ਕਰਕੇ ਆਉਂਦਾ ਹੈ ਇਸ ਕਲੂ ਮਾਲ ਲਿਆ ਵੀਦਾ ਕੁਆਲਟੀ ਵਾਲਾ ਬਰਨ ਵਾਲਾ ਤੇ ਕਿਉਂਕਿ ਜਿਹੜਾ ਨਾ ਅਗਲੇ ਬੰਦੇ ਦਾ ਫਾਇਦਾ ਜਿਹਨਾਂ ਉਹ ਪਹਿਲੇ ਵੇਖੀਦਾ ਹੈ ਬੜੀ ਗੱਲ ਹੈ ਤੇ ਜਿਹੜਾ ਮਾਲ ਲੈ ਕੇ ਜਾਵੇ ਉਹਨੂੰ ਵਿਚਾਰ ਨੇ ਰੋਜ਼ੀ ਹੋਵੇ ਹਰ ਬੰਦਾ ਰੋਜ਼ੀ ਪਿੱਛੇ ਕਰ ਰਿਹਾ ਭਾਈ ਜੀ ਬਿਲਕੁਲ ਸਹੀ ਹੈ ਲੋ ਜੀ ਜਰਾ گیا جی اور ਇਹਨਾਂ ਨੇ 6 ਲੈਣੇ ਸਨ ਦੋ مزید ਇਹ ਪਸੰਦ ਕਰ ਰਹੇ ਨੇ ਟੋਟਲ 8 ਬੱਚੇ ਲੈ ਕੇ ਜਾ ਰਹੇ ਨੇ ਇਹ 6 ਇਹਨਾਂ ਦੇ ਪਸੰਦ ਹੋ ਚੁੱਕੇ ਨੇ مزید ਇਹਨਾਂ ਨੇ ਦੋ ਹਲੇ ਉਹਨਾਂ ਦੇ ਵਿੱਚੋਂ ਪਸੰਦ ਕਰਨੇ ਆ ਇਸ ਸਲਾਵਾ ਦੋਸਤੋ ਇਹ ਜੋੜੀ ਸਾਈਵਾ ਚੌਲਸਤਾਨ ਤੁਹਾਨੂੰ ਚੈੱਕ ਕਰਵਾਈ ਹੈ ਜੀ ਮਾਸ਼ਾਅੱਲਾ ਜਰਾ ਇਹ ਦੂਸਰਾ ਬੱਚਾ ਵੀ ਜਰਾ ਅچھے ਤਰੀਕੇ ਸੇ ਸਟ੍ਰਕਚਰ ਵਾਈਜ਼ ਬੈਗ ਸੇ ਪੁੱਠਾ ਆਪ ਦੇਖ ਲੇ ਇਸ ਦਾ ਕਲਰ ਸ਼ੈਲਰ ਵੀ ਆਪ ਦੇਖ ਲੇ ਅੱਛਾ ਵਸੀਮ ਭਈਆ 4 ਲੱਖੇ ਚ ਹਾਂਜੀ ਇਹ ਜੋੜੀ ਕੋ ਲਵੇ 4 ਲੱਖ ਦੀ ਇਹ ਸਾਈਜ਼ ਦਾ ਕਿਸੇ ਦੋਸਤ ਨੂੰ ਮਾਲ ਚਾਹੀਦਾ ਹੋਵੇ ਗੱਡੀ ਦੋ ਗੱਡੀਆਂ ਚਾਰ ਗੱਡੀਆਂ ਮਿਲੇਗਾ ਜੀ ਮਿਲੇਗਾ ਭੈਜਣਾ ਆਪਣੇ ਕੋਲ ਇੱਥੇ ਮੌਕੇ ਤੇ ਆਵੇ ਠੀਕ ਹੈ ਉਹਨਾਂ ਦਾ ਟੋਕਨ ਬਿਆਨਾ ਕਰੇ ਜੀ ਜੀ ਇਹ ਗੱਲਬਾਤ ਕਰੇ ਉਹਨਾਂ ਕੋਲ ਦੋ ਦਿਨ ਦਾ ਦੋ ਦਿਨ ਦਾ ਤਿੰਨ ਦਿਨ ਦਾ ਟਾਈਮ ਲਾਵਾਂਗੇ ਇਨਸ਼ਾਅੱਲਾ ਨਮਾਨ ਲਿਆ جی جی دوستو امید ہے کہ اپ کو ہماری یہ ویڈیو اچھی لگی ہو ویڈیو اچھی لگی ہے لائک شیئر کر دیں اور چینل کو پرماننٹلی سبسکرائب کر دیں مزید اس طرح کی اچھی ویڈیو بچرا فارمر جو بچا فارمنگ کر رہے ہیں کافی عرصہ سے ان کے انٹرویو بھی آ رہے ہیں جی ہم وہ سیشن سٹارٹ کر رہے ہیں جی تو اپ ہمیں جوائن کر لیں پرماننٹلی اپنا بہت سارا خیال رکھیں نیکسٹ ویڈیو تک اپنے میزبان سید خان بلوچ کو دیں اجازت اللہ حافظ